ਹਿਲਦੇ ਹੋਏ ਬਾਂਦਰ ਬਣਾਉਣਾ ਬਣਾਉਣ ਲਈ ਤੁਹਾਨੂੰ ਇੱਕ ਆਈਸਕ੍ਰੀਮ ਸਟਿੱਕ, ਦੋ ਰਬੜ ਬੈਂਡ, ਸਟਰਾਅ ਦਾ ਕੁਝ ਹਿੱਸਾ, ਦੋ ਬਾਂਦਰਾਂ ਦੇ ਚਿੱਤਰ ਚਾਹੀਦੇ ਹਨ। 2 ਸੈਂਟੀਮੀਟਰ ਲੰਬਾ ਸਟਰਾਅ ਦਾ ਟੁਕੜਾ ਲਓ ਅਤੇ ਉਸ ਨੂੰ ਰਬੜ ਬੈਂਡ ਨਾਲ ਆਈਸਕ੍ਰੀਮ ਸਟਿੱਕ ਦੇ ਨਾਲ ਇੱਕ ਕੋਨੇ ਨਾਲ ਚਿਪਕਾਓ। ਇਹ ਅੱਗੇ ਅਤੇ ਪਿੱਛੇ ਦਾ ਨਜ਼ਾਰਾ ਹੈ। ਇੱਕ ਵੱਡਾ ਰਬੜ ਬੈਂਡ ਕੱਟੋ ਅਤੇ ਉਸ ਨੂੰ ਸਟਰਾਅ ਦੇ ਟੁਕੜੇ ਦੇ ਆਸੇ ਪਾਸੇ ਘੁਮਾ ਦਿਓ। ਰਬੜ ਬੈਂਡ ਦੇ ਅੰਤਲੇ ਹਿੱਸਿਆਂ 'ਤੇ ਦੋ ਗੰਢਾਂ ਬੰਨ੍ਹ ਦਿਓ। ਜਿਸ ਤਰ੍ਹਾਂ ਦਿਖਾਇਆ ਗਿਆ ਹੈ ਉਸੇ ਤਰ੍ਹਾਂ ਬਾਂਦਰ ਵਾਲੇ ਕਾਰਡ ਨੂੰ ਆਈਸਕ੍ਰੀਮ ਸਟਿੱਕ ਉੱਤੇ ਰੱਖ ਦਿਓ। ਲੱਗਦਾ ਹੈ ਜਿਵੇਂ ਕਿ ਮਾਂ ਅਤੇ ਬੱਚਾ ਬਾਂਦਰ ਨੇ ਇੱਕ ਬਹੁਤ ਵੱਡਾ ਲੱਕੜ ਦਾ ਟੁਕੜਾ ਫੜਿਆ ਹੋਵੇ। ਹੁਣ ਰਬੜ ਬੈਂਡ ਦੇ ਦੋਵੇਂ ਕੋਨਿਆਂ ਨੂੰ ਫੜ ਕੇ ਖਿੱਚੋ। ਆਈਸਕ੍ਰੀਮ ਸਟਿੱਕ ਬਹੁਤ ਅਜੀਬ ਤਰੀਕੇ ਨਾਲ ਡਿੱਗੇਗੀ ਝਟਕਿਆਂ ਵਿੱਚ। ਇਹ ਬਹੁਤ ਮਨ ਪਰਚਾਉਣ ਵਾਲਾ ਖਿਲੌਣਾ ਹੈ, ਬਹੁਤ ਮਜ਼ੇਦਾਰ ਹੈ।